ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਪਰਮਜੀਤ ਸਿੰਘ ਹੈ, ਮੈਂ ਸਿਰਸਾ ਹਰਿਆਣੇ ਤੋਂ ਬਿਲੋਂਗ ਕਰਦਾ। ਮੈਂ ਚੰਡੀਗੜ੍ਹ ਪੁਲਿਸ ਜੋਬ ਕਰਦਾ ਸੀ ਅਤੇ ਟ੍ਰੇਨਿੰਗ ਦੇ ਦੌਰਾਨ ਮੇਰੇ ਰਾਈਟ ਨੀ 'ਚ ਇੰਜਰੀ ਹੋ ਗਈ ਸੀ, ACL ਇੰਜਰੀ ਹੋ ਗਈ ਸੀ ਮੇਰੇ ਰਾਈਟ ਨੀ 'ਚ। ਇੰਜਰੀ ਚੱਲਦੇ ਮੈਂ ਕਈ ਡਾਕਟਰਾਂ ਨੂੰ ਦਿਖਾਇਆ, ਤਕਰੀਬਨ ਮੈਂ 5-7 ਡਾਕਟਰਾਂ ਨਾਲ ਕੰਸਲਟ ਕੀਤਾ, ਸਭ ਨੇ ਮੈਨੂੰ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਫਿਰ ਮੇਰੇ ਇੱਕ ਰਿਲੇਟਿਵ ਨੇ ਮੈਨੂੰ ਸਲਾਹ ਦਿੱਤੀ ਕਿ ਇੱਥੇ ਆਪਣੇ ਬਠਿੰਡਾ ਪੰਜਾਬ ਕੈਂਸਰ ਕੇਅਰ ਡਾਕਟਰ ਵਿਵੇਕ ਬਾਂਸਲ ਜੀ ਨੇ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋ। ਫਿਰ ਮੈਂ ਇੱਥੇ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ, ਉਹਨਾਂ ਨਾਲ ਗੱਲ ਕਰਕੇ ਮੈਨੂੰ ਅੰਦਰੋਂ ਕੌਨਫੀਡੈਂਸ ਆਇਆ ਵੀ ਹਾਂ, ਵੀ ਮੇਰਾ ਜੋ ਇੰਜਰੀ ਹੈ ਮੈਂ ਪਹਿਲਾਂ ਤਰ੍ਹਾਂ ਹੋ ਸਕਦਾ। ਪਹਿਲਾਂ ਮੈਨੂੰ ਥੋੜ੍ਹਾ ਥੋੜ੍ਹਾ ਡਰ ਲੱਗਦਾ ਸੀ, ਪਰ ਜਦੋਂ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਮੈਨੂੰ ਥੋੜ੍ਹਾ ਅੰਦਰੋਂ ਹੌਸਲਾ ਆਇਆ ਵੀ ਹਾਂ, ਮੈਨੂੰ ਸਰਜਰੀ ਕਰਵਾ ਲੈਣੀ ਚਾਹੀਦੀ ਹੈ। ਫਿਰ ਮੈਂ 2 ਦਿਨ ਛੱਡ ਕੇ ਆਪਣੀ ਸਰਜਰੀ ਕਰਵਾ ਲਈ। ਹੁਣ ਤਕਰੀਬਨ ਮੈਨੂੰ 2 ਤੋਂ 2.5 ਮਹੀਨੇ ਹੋ ਗਏ ਸਰਜਰੀ ਕਰਵਾਏ ਨੂੰ। ਹੁਣ ਮੈਂ ਬਿਲਕੁਲ ਸਹੀ ਵਾਕ ਕਰਦਾ, ਰਨਿੰਗ ਕਰ ਸਕਦਾ, ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਹਾਨੂੰ ਵੀ ਕਿਸੇ ਨੂੰ ACL ਇੰਜਰੀ ਦੀ ਪ੍ਰੋਬਲਮ ਹੈ, ਤੁਹਾਨੂੰ ਡਰ ਲੱਗ ਰਿਹਾ ਵੀ ਮੈਂ ਸਰਜਰੀ ਕਰਵਾਵਾਂ ਕਿ ਨਾ ਕਰਵਾਵਾਂ, ਤਾਂ ਤੁਸੀਂ ਵਿਹਚਿਚਕ ਹੋ ਕੇ ਡਾਕਟਰ ਵਿਵੇਕ ਬਾਂਸਲ ਜੀ ਨੂੰ ਮਿਲੋ, ਪੰਜਾਬ ਕੈਂਸਰ ਕੇਅਰ ਬਠਿੰਡਾ। ਧੰਨਵਾਦ।